चलने घर तो उदा कल दे घर ही कल दे हाडे बंदे गए श्रीनगर तो वह भी मी लो जी बाबे प्रोपर वाली ऑफ रोडिंग करके गड्डी इतने तक पहुँच गई है बाकी चेक करो बस ਦੇਖੀ ਹਾਲ ਚਾਲ ਮੇਰੇ ਸਾਰੇ ਵੀਰ ਭਰਾਵਾਂ ਦਾ ਹੋਪਫੁਲੀ ਸਾਰੇ ਜਣੇ ਠੀਕ ਠਾਕ ਹੋਵੋਗੇ ਬਾਬੇ ਵਲੌਗ ਰਸਤੇ 'ਚ ਸ਼ੁਰੂਆਤ ਕਰਨ ਲੱਗੇ ਛੋਟੀ ਜਿਹੀ ਟ੍ਰਿਪ ਕਰਨ ਚੱਲੇ ਸੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਪਹਿਲੇ ਵਲੌਗਾਂ 'ਚ ਦੱਸਿਆ ਸੀ ਅਤੇ ਸਾਡੇ ਨਾਲ ਬਹੁਤ ਤਗੜੇ ਤਗੜੇ ਕ੍ਰੀਏਟਰ ਵੀ ਜੁੜ ਚੁੱਕੇ ਆ ਅਤੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ ਚੈੱਕ ਕਰੋ ਹਾਂਜੀ ਇੱਧਰ ਕਰੋ ਸਰ ਵਿਸ਼ੂ ਗਲਸੀ ਵਲੌਗਸ ਕਿਵੇਂ ਹੋ ਸਾਰੇ ਜਣੇ ਚੋਪਰ ਕਹਿੰਦਾ ਪੂਰੇ ਐਨ ਪੂਰੇ ਵੱਟ ਕੱਢੇ ਹੋਏ ਕਹਿੰਦੇ ਕਹਿੰਦੇ ਪਹਿਲੀ ਕਲਿੱਪ ਤਾਂ ਕਰਕੇ ਕੱਢਤੀ ਸੀ ਕਹਿੰਦੇ ਐਨਕ ਨੀ ਪਾਈ ਹੋਈ ਬੰਦੇ ਨੇ ਲੱਭ ਰਿਹਾ ਅੱਗੇ ਭਾਜੀ ਧਿਆਨ ਨਾਲ ਮੜਾ ਆ ਸਾਡੇ ਚਾਰਾਂ ਦੀ ਜ਼ਿੰਦਗੀ ਤੁਹਾਡੇ ਹੱਥ 'ਚ ਆ ਲਓ ਜੀ ਬਾਬੇ ਉਹ ਵਾਕਈ ਜਾ ਰਹੇ ਹਾਂ ਜੰਮੂ ਅਤੇ ਜੰਮੂ ਜੋ ਵੀ ਰਸਤੇ 'ਚ ਕਰਾਂਗੇ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ ਅਤੇ ਨਾਲ ਬਾਕੀ ਤਾਂ ਬਾਬੇ ਘਰੋਂ ਨਿਕਲ ਚੁੱਕੇ ਹਾਂ ਅਤੇ ਰਸਤੇ 'ਚ ਪਹੁੰਚ ਗਏ ਹਾਂ ਅਤੇ ਵਿਊ ਚੈੱਕ ਕਰੋ ਤੁਸੀਂ ਵਿਊ ਐਨ ਪੂਰਾ ਓਕੇ ਹੋਇਆ ਪਿਆ ਵਿਊ ਚੈੱਕ ਕਰੋ ਇੱਕ ਨੰਬਰ ਮੈਨੂੰ ਨਹੀਂ ਪਤਾ ਕੈਮਰਾ ਕਿੰਨਾ ਜਸਟਿਸ ਕਰ ਰਿਹਾ ਵਿਊ ਨੂੰ ਪਰ ਜਿਹੜੀਆਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਨਾ ਵਿਊ ਓਏ ਹੋਏ ਹੋਏ ਇੱਕ ਨੰਬਰ ਪੂਰੇ ਟ੍ਰਿਪ 'ਚ ਤੁਹਾਨੂੰ ਹੁਣ ਵਿਊ ਹੀ ਦੇਖਣ ਨੂੰ ਮਿਲਣਗੇ ਵਨ ਸਵੰਨੇ ਬਾਕੀ ਪਹਾੜੀ ਇਲਾਕੇ ਵਾਲਾ ਵੀ ਵਿਊ ਆਉਣਾ ਉਹ ਵੀ ਤੁਹਾਨੂੰ ਅੱਗੇ ਦਿਖਾਊਂਗਾ ਜ਼ਰੂਰ ਨਿਕਲ ਚੁੱਕੇ ਹਾਂ ਅਤੇ ਪਹੁੰਚ ਕੇ 50-60 ਕਿਲੋਮੀਟਰ ਕਰ ਲਿਆ ਕਵਰ ਅਤੇ ਪਹੁੰਚ ਚੁੱਕੇ ਹਾਂ ਪਠਾਨਕੋਟ ਪਠਾਨਕੋਟ ਤਾਂ ਵਿਊ ਚੈੱਕ ਕਰੋ ਤੁਸੀਂ ਸਾਰੇ ਜਣੇ ਫਾਈਨਲੀ ਲਖਨਪੁਰ ਐਂਟਰ ਹੋ ਗਏ ਹਾਂ ਲਖਨਪੁਰ ਫਾਈਨਲੀ ਬਾਬੇ ਪਹੁੰਚ ਗਿਆ ਲਖਨਪੁਰ ਅਤੇ ਆਲਮੋਸਟ ਜੇ 60-70 ਕਿਲੋਮੀਟਰ ਕਵਰ ਕਰ ਲਏ ਆ ਅਤੇ ਹੁਣ ਇੱਥੇ ਉਤਰ ਰਹੇ ਹਾਂ ਛੋਟਾ ਜਿਹਾ ਬ੍ਰੇਕ ਲਵਾਂਗੇ ਇੱਥੇ ਅਤੇ ਬਾਕੀ ਫਾਈਨਲੀ ਬਾਬੇ ਪੂਰਾ ਆਨੰਦ ਮਾਣ ਰਹੇ ਜਾ ਰਹੇ ਹਾਂ ਲਖਨਪੁਰ ਦੇ ਭੱਲਿਆਂ 'ਤੇ ਬਾਕੀ ਬਾਬੇ ਫਾਈਨਲੀ ਨਿਕਲ ਗਏ ਹਾਂ ਲਖਨਪੁਰ ਤੋਂ ਅਤੇ ਹੁਣ ਜਾਵਾਂਗੇ ਸਿੱਧੇ ਜੰਮੂ ਰਸਤੇ 'ਚ ਕਿਤੇ ਨਹੀਂ ਰੁਕਣਾ ਆਪਾਂ ਅਤੇ ਸਿੱਧੇ ਜਾ ਕੇ ਜੰਮੂ ਜਾ ਕੇ ਬ੍ਰੇਕ ਮਾਰਾਂਗੇ ਅਤੇ ਉਸ ਤੋਂ ਬਾਅਦ ਚਲੋ ਜੀ ਜਿਹਦਾ ਡਰ ਹੀ ਉਹੀ ਹੋਇਆ ਡੇਂਜਰਸ ਆਫ ਰੋਡਿੰਗ ਪੂਰੀ ਐਕਸਟ੍ਰੀਮ ਲੈਵਲ ਡੇਂਜਰਸ ਆਫ ਰੋਡਿੰਗ ਹੋ ਰਹੀ ਆ ਪੂਰੀ ਗੱਡੀ ਦੀ ਓਏ ਹੋਏ 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 ਡੇਂਜਰਸ ਪੂਰੀ ਡੇਂਜਰਸ ਲਓ ਜੀ ਬਾਬੇ ਉਹ ਪ੍ਰੋਪਰ ਵਾਲੀ ਆਫ ਰੋਡਿੰਗ ਕਰਕੇ ਗੱਡੀ ਇੱਥੇ ਤੱਕ ਪਹੁੰਚ ਗਈ ਆ ਬਾਕੀ ਚੈੱਕ ਕਰੋ ਬਸ ਪੂਰੀ ਮਸ਼ੱਕਤ 'ਚ ਕਹਿੰਦੇ ਗੱਡੀ ਬੰਦਾ ਲੈ ਆ ਹਾਂਜੀ ਓਕੇ 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 ਗੱਡੀ ਦਾ ਓਕੇ ਆ ਬਾਕੀ ਤਾਂ ਸਾਰਾ ਕੁਛ ਓਕੇ ਆ ਜਿਹੜੀ ਆ ਡੇਂਜਰਸ ਵਾਲੀ ਆਫ ਰੋਡਿੰਗ ਕਰਕੇ ਆਏ ਨਾ ਪਿੱਛੇ ਉਹ ਦੇਖ ਕੇ ਨਾ ਸਹੀ ਗੱਲ ਆ ਸਾਡਾ ਡਰਾਈਵਰ ਵੀਰ ਜਿਹੜਾ ਨਾ ਵਿਸ਼ੂ ਗਲਸੀ ਉਹੀ ਗੱਡੀ ਕੱਟ ਗਿਆ ਹੋਰ ਕੋਈ ਹੁੰਦਾ ਫਸ ਜਾਣੀ ਸੀ ਕਾਫੀ ਗੱਡੀਆਂ ਫਸੀਆਂ ਵੀ ਹੋਈਆਂ ਸੀ ਉੱਥੇ ਅਤੇ ਜਿਹੜੀ ਇੱਕ ਆਲਟੋ ਸੀ ਉੱਥੇ ਸਾਈਡ 'ਤੇ ਖੜ੍ਹੀ ਹੋਈ ਸੀ ਅਤੇ ਉਹ ਤਾਂ ਅੱਗੋਂ ਪੂਰੀ ਡੈਮੇਜ ਹੋ ਗਈ ਸੀ ਬਾਕੀ ਵਿਊ ਚੈੱਕ ਕਰੋ ਤੁਸੀਂ ਅੱਗੇ ਵਿਊ ਚੈੱਕ ਕਰੋ ਪੂਰਾ ਐਨ ਸਿਰਾ ਹੋਇਆ ਪਿਆ ਵਿਊ ਜਿਹੜਾ ਸ਼ਾਮ ਦਾ ਸਨਸੈਟ ਆ ਨਾ ਪਹਾੜੀ ਇਲਾਕੇ 'ਚ ਹੋਏ 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 ਨੈਕਸਟ ਲੈਵਲ ਮੈਨੂੰ ਨਹੀਂ ਪਤਾ ਕਿ ਕੈਮਰਾ ਕਿੰਨਾ ਕੁ ਜਸਟੀਫਾਈ ਕਰ ਰਿਹਾ ਕੈਮਰਾ ਥੋੜ੍ਹਾ ਨਾ ਐਕਸਪੋਜ਼ ਜਿਹਾ ਹੋ ਰਿਹਾ ਅਤੇ ਇਹਨੂੰ ਸੈੱਟ ਕਰਦੇ ਹਾਂ ਅਤੇ ਬਾਕੀ ਤੁਸੀਂ ਵਿਊ ਚੈੱਕ ਕਰੋ ਵਿਊ ਪੂਰਾ ਐਨ ਓਕੇ ਹੋਇਆ ਪਿਆ ਜਿਹੜਾ ਸ਼ਾਮ ਦਾ ਇੱਥੇ ਸਨਸੈਟ ਆ ਨਾ ਨੈਕਸਟ ਲੈਵਲ ਚੀਜ਼ ਅੱਖਾਂ ਨਾਲ ਨਾ ਬਹੁਤ ਜ਼ਿਆਦਾ ਪਿਆਰਾ ਲੱਗਣ ਡਿਆ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆਪਾਂ ਪਿਆਰਾ ਲੱਗ ਰਿਹਾ ਫੋਨ ਦੇ ਕੈਮਰੇ 'ਚ ਪਤਾ ਨਹੀਂ ਕਿੰਨਾ ਜਸਟਿਸ ਹੋ ਰਿਹਾ ਕਿੰਨਾ ਨਹੀਂ ਪਰ ਜਿੰਨਾ ਕੁ ਵੀ ਹੋ ਰਿਹਾ ਉਸ 'ਚ ਐਡਜਸਟਮੈਂਟ ਕਰਨੀ ਪੈਣੀ ਆ ਬਾਕੀ ਕੋਈ ਨਹੀਂ ਫੋਨ ਵੀ ਅਪਗ੍ਰੇਡ ਕਰਨਾ 11 ਤੋਂ ਦੇਖਾਂਗੇ ਜਿਸ 'ਚ ਜਾਵਾਂਗੇ ਬਾਕੀ ਫੋਨ ਵੀ ਕਰਾਂਗੇ ਅਪਗ੍ਰੇਡ ਅਤੇ ਬਾਕੀ ਜਿੱਧਰਲੇ ਪਾਸੇ ਮਰਜ਼ੀ ਆਪਾਂ ਦੇਖ ਲਈਏ ਨਾ ਉੱਧਰਲੇ ਪਾਸੇ ਵਿਊ ਬਹੁਤ ਘੈਂਟ ਆ ਰਿਹਾ
ਬਾਕੀ ਚਾਰੋਂ ਪਾਸੇ ਇੱਕ ਹਿਸਾਬ ਦੇ ਪਹਾੜਾਂ 'ਚ ਹੀ ਹਾਂ ਆਪਾਂ ਘਿਰੇ ਹੋਏ। ਬਹੁਤ ਐਕਸਟ੍ਰੀਮ ਲੈਵਲ ਵਾਲਾ ਮਤਲਬ ਨਜ਼ਾਰਾ ਆ ਰਿਹਾ। ਪਿੱਛੇ ਬਹਿ ਕੇ ਅੱਜ ਨਾ ਵਧੀਆ ਲੱਗ ਰਿਹਾ ਪੂਰਾ। ਅਤੇ ਬਾਕੀ ਬਾਬੇ ਉੱਤੇ ਪਹਾੜ ਦੇ ਉੱਤੇ ਨਾ ਬੱਦਲ ਚੈੱਕ ਕਰੋ ਤੁਸੀਂ, ਥੋੜ੍ਹਾ ਸ਼ੀਸ਼ਾ ਗੰਦਾ ਆ ਇਸ ਕਰਕੇ ਤੁਹਾਨੂੰ ਕਲੀਅਰ ਨਹੀਂ ਲੱਭਣ ਡਿਆ ਹੋਣਾ, ਪਰ ਵਿਊ ਇੱਕ ਨੰਬਰ ਆ। ਓਏ ਹੋਏ ਹੋਏ ਹੋਏ, ਵਿਊ ਇੱਕ ਨੰਬਰ ਹੈ ਇਹਦਾ, ਬਹੁਤ ਹੀ ਜਿਹਨੂੰ ਕਹਿੰਦੇ ਸੋਹਣਾ ਲੱਗ ਰਿਹਾ ਆਪਣੀ ਅੱਖਾਂ ਨਾਲ। ਬਾਕੀ ਕੈਮਰੇ 'ਚ ਕਿੰਨਾ ਕੁ ਆ ਰਿਹਾ ਇੰਨਾ ਨਹੀਂ ਮੈਂ ਦੇਖ ਸਕਦਾ, ਪਰ ਇੱਕ ਨੰਬਰ ਚੀਜ਼ ਲੱਗ ਰਹੀ ਆ ਪੂਰੀ। ਬਾਬਿਓ ਇੰਜੋਏ ਕਰੋ ਇਹ ਸ਼ੋਟਸ, ਜਿਹੜੀ ਇਹ ਚੀਜ਼ ਹੈ ਨਾ ਇਹ ਬਸ ਪਹਾੜੀ ਇਲਾਕੇ 'ਚ ਦੇਖਣ ਨੂੰ ਮਿਲਦੀ ਆ, ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦੀ। ਪਹਾੜੀ ਦੇ ਉੱਤੇ ਵਾਲਾ ਜਿਹੜਾ ਵਿਊ ਆ ਨਾ, ਓਏ ਹੋਏ ਨੈਕਸਟ ਲੈਵਲ। ਬਾਕੀ ਇੱਧਰ ਪੂਰਾ ਐਨ ਸ਼ਹਿਰ ਇੱਕ ਫਰੇਮ 'ਚ ਲੱਭਣ ਡਿਆ ਪੂਰਾ, ਜਿਹਨੂੰ ਕਹਿੰਦੇ ਆਪਾਂ ਨਾ ਸ਼ਹਿਰ, ਸ਼ਹਿਰ ਦਾ ਨਾਮ ਤਾਂ ਨਹੀਂ ਪਤਾ ਮੈਨੂੰ ਉੱਦਾਂ, ਪਰ ਜਿੱਥੋਂ ਆਪਾਂ ਜਾ ਰਹੇ ਹਾਂ ਨਾ ਪੂਰਾ ਸ਼ਹਿਰ ਇੱਕ ਫਰੇਮ 'ਚ ਆ ਰਿਹਾ, ਪੂਰਾ ਐਨ ਪਹਾੜੀ 'ਤੇ ਫਸਿਆ ਹੋਇਆ, ਮਤਲਬ ਕਿ ਉੱਤੇ ਥੱਲੇ ਘਰ ਆ। ਵਧੀਆ ਗਾਈਜ਼, ਬਿਹਾਇੰਡ ਦਾ ਸੀਨ ਚੈੱਕ ਕਰੋ, ਬਿਹਾਇੰਡ ਦਾ ਸੀਨ ਆਲਮੋਸਟ ਪਹੁੰਚਣ ਵਾਲੀ ਆ ਜੰਮੂ, ਬਿਹਾਇੰਡ ਦਾ ਸੀਨ ਚੈੱਕ ਕਰੋ। ਬਾਕੀ ਪੂਰਾ  150 ਕਿਲੋਮੀਟਰ ਕਰ ਲਿਆ ਕਵਰ, ਅਤੇ ਯਾਰ ਹੁਣੀ ਪਹੁੰਚਣ ਵਾਲੀ ਆ, ਬਸ ਥੋੜ੍ਹੀ ਚਿਰ ਹੀ ਆ। ਬਾਕੀ ਮਾਸੀ ਦੇ ਘਰ ਜਾਵਾਂਗੇ ਸਿੱਧਾ ਇੱਥੋਂ, ਅਤੇ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ। ਬਾਕੀ ਪੂਰਾ ਹਨੇਰਾ ਹੋਇਆ ਪਿਆ, ਕਾਫੀ ਟਾਈਮ ਹੋ ਗਿਆ ਸਾਨੂੰ ਚੱਲਦੇ, ਜਿਹੜਾ ਪੁਲ ਟੁੱਟਿਆ ਸੀ ਨਾ ਉਹਦੇ ਕਰਕੇ ਸਾਨੂੰ ਥੋੜ੍ਹਾ ਨਾ ਜ਼ਿਆਦਾ ਹੀ ਕੁਛ ਸਫ਼ਰ ਕਰਨਾ ਪਿਆ, ਨਹੀਂ ਤਾਂ ਉੱਦਾਂ 3-4 ਸਾਢੇ 3 ਸਾਢੇ। ਹਾਂਜੀ, ਅਤੇ ਕੀ ਹਾਲ ਚਾਲ ਮੇਰੇ ਸਾਰੇ ਵੀਰ ਭਰਾਵਾਂ ਦਾ, ਹੋਪਫੁਲੀ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ। ਬਾਬੇ ਇਹ ਵਲੋਗ ਕਰ ਰਹੇ ਹਾਂ ਅਗਲੇ ਦਿਨ ਕੰਟੀਨਿਊ, ਅਤੇ ਸਾਡੇ ਨਾਲ ਤਾਂ ਚੱਲ ਗਏ ਸ਼੍ਰੀਨਗਰ, ਮੈਂ ਵੀ ਜਾਣਾ ਸੀ ਸ਼੍ਰੀਨਗਰ, ਪਰ ਸ਼੍ਰੀਨਗਰ ਜਾਣ ਦਾ ਥੋੜ੍ਹਾ ਮੇਰਾ ਪਲੈਨ ਹੋ ਗਿਆ ਕੈਂਸਲ, ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੇ ਰੀਜ਼ਨ ਕਰਕੇ ਹੋਇਆ, ਅੱਗੇ ਤੁਹਾਨੂੰ ਪਤਾ ਲੱਗ ਜਾਊਗਾ। ਅਤੇ ਬਾਕੀ ਜਾ ਕੇ ਚੈੱਕ ਕਰ ਲਿਓ ਵਿਸ਼ੂ ਕਲਸੀ ਵਲੋਗਸ, ਅਤੇ ਉੱਥੇ ਤੁਹਾਨੂੰ ਪੂਰੀ ਅਪਡੇਟ ਮਿਲ ਜੂਗੀ। ਅਤੇ ਬਾਕੀ ਹੁਣ ਆਏ ਹਾਂ ਇੱਥੇ ਵਿਕਰਮ ਚੌਂਕ ਵੱਲ ਘੁੰਮਣ ਫਿਰਨ, ਅਤੇ ਇੱਥੋਂ ਕੁਛ ਖਾਵਾਂ ਪੀਵਾਂਗੇ ਅਤੇ ਘਰ ਵੀ ਲੈ ਕੇ ਜਾਵਾਂਗੇ। ਬਾਕੀ ਬਾਬੇ ਆ ਗਏ ਸੀ ਵਿਕਰਮ ਚੌਂਕ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਅਤੇ ਹੁਣ ਚੱਲਦੇ ਇੱਥੋਂ ਖਾਣ ਪੀਣ ਦਾ ਸਮਾਨ ਜਿਹੜਾ ਆਪਾਂ ਲੈ ਲਿਆ ਆ, ਹੁਣ ਜਾਵਾਂਗੇ ਇੱਥੇ। ਬਾਕੀ ਗਰਮੀ ਬਹੁਤ ਹੀ, ਅੱਜ ਪੂਰਾ ਕੱਲ੍ਹ ਅਤੇ ਮੀਂਹ ਪੈਂਦਾ ਰਿਹਾ, ਅਤੇ ਰਾਤੀ ਪਹੁੰਚਣ 'ਚ ਹੋ ਗਏ ਸੀ ਕਾਫੀ ਲੇਟ। ਅਤੇ ਅੱਗੇ ਤੁਸੀਂ ਵਿਊ ਚੈੱਕ ਕਰ ਸਕਦੇ ਹੋ, ਪੂਰਾ ਜੰਮੂ ਹੀ ਲੱਭ ਰਿਹਾ ਇੱਥੋਂ। ਅਤੇ ਬਾਕੀ ਰਾਤੀ ਆਪਾਂ ਹੋ ਗਏ ਸੀ ਕਾਫੀ ਲੇਟ ਪਹੁੰਚਣ 'ਚ ਇੱਥੇ, ਅਤੇ ਮੈਂ ਵਲੋਗ ਤਾਂ ਕਰਕੇ ਅਗਲੇ ਦਿਨ ਕੰਟੀਨਿਊ ਕੀਤਾ ਸੀ ਇਹ, ਅਤੇ ਸਵੇਰੇ ਮੈਂ ਥੋੜ੍ਹਾ ਕੰਮ ਹੀ ਸਵੇਰੇ ਕੰਮ ਗਿਆ ਸੀ ਕਿਤੇ, ਅਤੇ ਅੰਦਰ ਟਾਈਮ। ਬਾਕੀ ਵਿਊ ਚੈੱਕ ਕਰੋ ਤੁਸੀਂ ਸਾਹਮਣੇ ਵਾਲਾ, ਹਾਂਜੀ। ਅਤੇ ਕੀ ਹਾਲ ਚਾਲ ਮੇਰੇ ਸਾਰੇ ਵੀਰ ਭਰਾਵਾਂ ਦਾ, ਹੋਪਫੁਲੀ ਸਾਰੇ ਜਣੇ ਠੀਕ ਠਾਕ ਹੋਵੋਗੇ। ਬਾਬੇ ਵਲੋਗ ਕਰ ਰਹੇ ਹਾਂ ਅਗਲੇ ਦਿਨ ਕੰਟੀਨਿਊ, ਅਗਲੇ ਦਿਨ ਕੰਟੀਨਿਊ ਕਰਨ ਦਾ ਮਤਲਬ ਇਹੀ ਹੈ ਕਿ ਕੱਲ੍ਹ ਆ ਕੇ ਸੌ ਗਏ ਸੀ, ਅਤੇ ਉਸ ਤੋਂ ਬਾਅਦ ਅੱਜ ਜਾਵਾਂਗੇ ਜੰਮੂ ਐਕਸਪਲੋਰ ਕਰਨ, ਥੋੜ੍ਹਾ ਜਿਹਾ ਗਾਂਧੀ ਨਗਰ ਗੇੜੀ ਗੁੜੀ ਮਾਰਨ ਜਾਵਾਂਗੇ। ਅਤੇ ਕਾਬੂ ਜੀ, ਹਾਂਜੀ, ਬਤਾਓ ਕੈਸੇ ਹੋ? ਠੀਕ ਹੋ? ਠੀਕ ਠਾਕ ਹੋ? ਹਾਂ। ਆਪ ਵਲੋਗ ਮੇਂ ਆ ਰਹੇ ਹੋ? ਪਤਾ ਇਸ ਕਲਿਪ ਕੋ ਡਾਲ ਦੂੰ ਜਾਂ ਕੱਟ ਕਰ ਦੂੰ? ਇਸਕੋ ਕੱਟ ਕਰ ਦੋ। ਕੱਟ ਕਰ ਦੂੰ? ਹਾਂ, ਕੱਟ 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 ਕਰਦੀ ਕੱਟ। ਤੇ ਹਾਈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ। ਹਾਂ, ਕਾਉਣ ਹੀ ਯਾਦ ਨਹੀਂ ਦੀ ਗੱਲੀ ਉੱਤੇ, ਆਉਣ ਹੀ ਯਾਦ ਨਹੀਂ। ਬਾਬੇ ਕੁਝ ਖਾਣ ਪੀਣ ਆਏ ਸੀ, ਤੇ ਬਾਰਿਸ਼ ਨੇ ਕੁਝ ਖਾਣ ਹੀ ਨਹੀਂ ਦਿੱਤਾ ਇੱਕ ਹਿਸਾਬ ਦਾ, ਬਹੁਤ ਬਾਰਿਸ਼ ਪੈ ਰਹੀ ਹੈ ਜੰਮੂ 'ਚ। ਤੇ ਹੁਣ ਫਿਰ ਚੱਲੇ ਆ ਘਰ, ਅਤੇ ਉੱਦਾਂ ਕੱਲ੍ਹ ਦੇ ਘਰ ਹੀ, ਕੱਲ੍ਹ ਦੇ ਸਾਡੇ ਬੰਦੇ ਗਏ ਹੋਏ ਸ਼੍ਰੀਨਗਰ, ਅਤੇ ਉਹ ਵੀ ਮੀਂਹ 'ਚ ਹੀ ਅੱਗੇ ਡੱਕੇ ਹੋਏ ਆ, ਅਤੇ ਆਪਾਂ ਵੀ ਹੁਣ ਜਾਵਾਂਗੇ ਘਰ ਹੀ। ਬਾਬੇ ਹੁਣ ਆ ਗਏ ਹਾਂ ਘਰ, ਅਤੇ ਘਰ ਆਉਣ ਤੋਂ ਬਾਅਦ ਇਹ ਵਲੋਗ ਨੂੰ ਕਰਾਂਗੇ ਇੱਥੇ ਖਤਮ। ਅਤੇ ਜਿੰਨੇ ਮੇਰੇ ਭਰਾ ਨੇ ਮੈਨੂੰ ਸਨੈਪਚੈਟ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ, ਜਾ ਕੇ ਫੋਲੋ ਕਰ ਲਿਓ। ਅਤੇ ਗਾਂਧੀ ਨਗਰ ਮੈਨੂੰ ਜ਼ਿਆਦਾ ਕੁਛ ਪਤਾ ਨਹੀਂ ਸੀ, ਇਸ ਕਰਕੇ ਗਾਂਧੀ ਨਗਰ ਘੁੰਮੇ ਕੀ ਰਸਤੇ ਲੱਭਦੇ ਰਹੇ, ਸਾਡਾ ਗੂਗਲ ਮੈਪ ਠੀਕ ਤਰ੍ਹਾਂ ਨਾਲ ਵਰਕ ਨਹੀਂ ਕਰਨ ਡਿਆ ਸੀ, ਸਾਡੀ ਸਿਮ ਇੱਥੇ ਆ ਕੇ ਬੰਦ ਹੋ ਜਾਂਦੀ ਆ, ਇਸ ਕਰਕੇ ਥੋੜ੍ਹੀ ਉਹ ਵੀ ਪ੍ਰੋਬਲਮ ਪਈ ਇੱਥੇ ਆ ਕੇ।
ਤੇ ਬਾਕੀ ਗਾਂਧੀ ਨਗਰ ਜਿੰਨਾ ਕੁ ਪਤਾ ਸੀ ਉਨਾ ਕੁ ਤੇ ਘੁੰਮ ਆਏ ਆ ਤੇ ਬਾਕੀ ਉੱਥੇ ਗਾਂਧੀ ਨਗਰ ਬਾਹਰ ਚ ਪਾਰਟੀ ਤੇ ਵੀ ਰੁਕੇ ਸੀ ਪਰ ਉੱਥੇ ਮੀਂਹ ਇੰਨਾ ਜ਼ਿਆਦਾ ਪੈ ਰਿਹਾ ਸੀ ਉੱਥੇ ਕੁਛ ਖਾਧਾ ਨਹੀਂ ਤੇ ਫਿਰ ਆਪਾਂ ਲੱਗ ਗਏ ਇੱਕ ਬੇਕਰੀ ਸੀ ਉੱਥੋਂ ਬੇਕਰੀ ਤੋਂ ਸਮਾਨ ਸਮੂਨ ਲੈ ਕੇ ਤੇ ਆ ਗਏ ਸੀ ਘਰ ਤੇ ਹੁਣ ਘਰ ਆਉਣ ਤੋਂ ਬਾਅਦ ਇਹ ਵਲੋਗ ਨੂੰ ਕਰਾਂਗੇ ਇੱਥੇ ਖਤਮ ਜਿਹਨੇ ਸਨੈਪਚੈਟ ਤੇ ਫੋਲੋ ਨਹੀਂ ਕੀਤਾ ਜਾ ਕੇ ਇੰਸਟਾਗ੍ਰਾਮ ਸਨੈਪਚੈਟ ਤੇ ਫੋਲੋ ਕਰ ਲਿਓ ਤੇ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵਲੋਗ ਨੂੰ ਰੱਖਾਂਗੇ ਇੱਥੇ ਤੱਕ ਕਿ ਇਹਨੂੰ ਵਲੋਗ ਨੂੰ ਜ਼ਿਆਦਾ ਕੋਈ ਵੱਡਾ ਲੰਬਾ ਚੌੜਾ ਨਹੀਂ ਕਰਾਂਗੇ ਤੇ ਇਹ ਵਲੋਗ ਇੱਥੇ ਖਤਮ ਕਰ ਦਾਂਗੇ ਅੱਜ ਆਪਾਂ ਤੇ ਉਦਣ ਆਪਾਂ ਰਾਤੀ ਪਹੁੰਚੇ ਸੀ ਲੇਟ ਤੇ ਤਾਂ ਕਰਕੇ ਅੱਗੇ ਜਾ ਕੇ ਵਲੋਗ ਕੰਟੀਨਿਊ ਨਹੀਂ ਕੀਤਾ ਸੀ ਕਿਉਂਕਿ ਉੱਥੇ ਨਾ ਇੱਕ ਪੁਲ ਟੁੱਟਾ ਹੋਇਆ ਸੀ ਰਸਤੇ 'ਚ ਉਹਦੇ ਕਰਕੇ ਨਾ ਥੋੜ੍ਹਾ ਜ਼ਿਆਦਾ ਸਾਨੂੰ ਮਤਲਬ ਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਕਰਕੇ ਬਾਕੀ ਬਾਬੇ ਜਿਹਨੇ ਲਾਈਵ ਅਪਡੇਟ ਦੇਖਣੀ ਹੁੰਦੀ ਆ ਜਾ ਕੇ ਇੰਸਟਾਗ੍ਰਾਮ ਸਨੈਪਚੈਟ 'ਤੇ ਜ਼ਰੂਰ ਫੋਲੋ ਕਰੋ ਠੀਕ ਆ ਧੰਨਵਾਦ।